ਤੁਸੀਂ ਰਾਜ ਕਰਨਾ ਹੈ ਕਾਹਦਾ ਸੱਚ ਦਾ ਖਾਲਸੇ ਦਾ ਤੇ ਅੱਜ ਵੀ ਰਾਜ ਹੈ ਬਨਾਸੀ ਰਾਜ ਰਾਜ ਤੋਂ ਭਾਵ ਕੀ ਹੈ ਤੇ ਸੰਸਾਰ ਨੂੰ ਗਿਆਨ ਦੇਣਾ ਵੇ ਤੇ ਭਾਈ ਇਸ ਤਰ੍ਹਾਂ ਏਕੇ ਦਾ ਰਾਜ ਆ ਹੁੰਦਾ ਹੱਦਾਂ ਸਰਹੱਦਾਂ ਖਤਮ ਹੋ ਜਾਣੀਆਂ ਨੇ ਇੱਕੋ ਇੱਕ ਪਾਰਲੀਮੈਂਟ ਹੋਵੇਗੀ ਪੰਥ ਖਾਲਸਾ ਝੂਠਾ ਰਾਜ ਨਹੀਂ ਇਹ ਤਾਂ ਰਾਜ ਝੂਠੇ ਨੇ ਨਿੰਦਿਆ ਜੁਗਲੀ ਮੈਂ ਮੇਰੀ ਤਾਂ ਹੀ ਤੇ ਗੁਰਬਾਣੀ ਚ ਗਿਆ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦੀ ਵਿਚਾਰ ਕੇ ਝੂਠੇ ਕਰ ਦਰਵਾਜਾ ਇਹ ਤਾਂ ਕੋਈ ਧਰਤੀ ਦੇ ਕਿਸੇ ਟੁਕੜੇ ਦਾ ਰਾਜਾ ਕਿਸੇ ਟੁਕੜੇ ਦਾ ਰਾਜਾ ਖਾਲਸਾ ਬਨਾਸੀ ਰਾਜ ਦਾ ਰਾਜਾ ਹੈ ਇਹ ਕੌਮ ਨਹੀਂ ਹੈਗੀ ਖਾਲਸਾ ਕਈ ਕਹਿੰਦੇ ਸਾਡੀ ਕੌਮ ਕੌਮ ਨਹੀਂ ਹੈਗੀ ਇਹ ਪੰਥ ਹੈ ਜੇ ਕੌਮ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੇ ਕਹਿੰਦੇ ਠਾਠ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਦ ਤੁਮ ਕਰੋ ਸਹਾਇ ਉੱਥੇ ਕੌਮ ਕਹਿੰਦੇ ਵੀ ਕੌਮ ਚੱਲੇ ਤਬ ਜਗਤ ਮੈਂ ਤੇ ਜਿੰਨਾ ਚਿਰ ਕੋਈ ਸਿਆਣਾ ਗੁਰਮੁਖ ਫਰਲੇ ਵਾਲਾ ਸਿੰਘ ਅਕਾਲ ਤਖਤ ਤੇ ਨਹੀਂ ਆਉਂਦਾ ਉਹਨਾਂ ਚਿਰ ਖਵਾਰੀਆਂ ਹੀ ਰਹਿਣੀਆਂ ਨੇ ਜਿੱਥੇ ਮਰਜ਼ੀ ਭੱਜ ਲਵੇ ਕੋਈ 100 ਸਾਲ ਤੋਂ ਭੱਜ ਰਹੇ ਆ ਨਾ ਹੋਰ ਵੀ ਅੱਗੇ ਭੱਜ ਲਓ ਨਿਸ਼ਾਨ ਸਾਹਿਬ ਨੀਲੇ ਕਰੋ ਦਸਮ ਦਾ ਪ੍ਰਕਾਸ਼ ਕਰੋ ਸੱਜੀਆਂ ਪ੍ਰਕਰਮਾਂ ਜਿਹੜੀਆਂ ਗੁਰੂਆਂ ਦੀਆਂ ਪੁਰਾਣੇ ਸਮੇਂ ਤੋਂ ਜਦੋਂ ਇਹ ਗੋਰਿਆਂ ਨੇ ਚੇਂਜ ਕੀਤੀਆਂ ਨਾ ਇਹਨਾਂ ਨੂੰ ਬਦਲ ਕੇ ਸੱਜੀਆਂ ਪ੍ਰਕਰਮਾਂ ਕਰੋ ਸ਼ੁਰੂ ਤੇ ਉਹਨਾਂ ਪੰਥ ਦੇ ਵਿੱਚ ਹਿਲਾ ਫੇਲਾ ਹੋਣਗੀਆਂ ਵੀ ਹਾਂਜੀ ਦਮਾਲਾ ਜਿਹੜਾ ਗੁਰੂ ਸਾਹਿਬਾਨ ਨੇ 1699 ਚ ਸਜਾਣਾ ਦੱਸਿਆ ਉਹ ਦਮਾਲੇ ਸਜਾਣੇ ਸ਼ੁਰੂ ਕਰੋ ਜਿਹੜੀ ਰਹਿ ਦਸਵੇਂ ਪਾਤਸ਼ਾਹ ਦਿੱਤੀ ਆ ਉਹਦੇ ਤੇ ਪਹਿਰਾ ਦਿਓ ਜਿਹੜਾ ਚੋਗਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਉਹ ਪਾਓ ਕਾਜੀਆਂ ਵਾਲੇ ਪਾਣੇ ਤੁਸੀਂ ਸ਼ੁਰੂ ਕਰ ਲੈ ਇਹ ਤੇ ਛੱਡੋ ਸਾਰੀਆਂ ਰਹਿਤਾਂ ਜਿਹੜੇ ਕਈ ਆ ਹਿੰਦੂ ਵੀਰ ਮੇਰੇ ਕਹਿ ਰਹੇ ਨੇ ਕੱਲ ਪਰਸੋਂ ਦੇ ਅਖੇ ਜੀ ਜਿਹੜੇ ਪੰਜ ਪਿਆਰੇ ਸਾਜੇ ਨੇ ਉਹ ਵੀ ਹਿੰਦੂਆਂ ਚੋਂ ਸਾਜੇ ਨੇ ਜੀ ਸ਼ਸਤ